ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਹੁਣ ਸ਼ਬਦ ਹੈ ਜੀ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਸੋ ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਗਗਨਦੀਪ ਸਿੰਘ ਜੀ, ਤਾਲ ਕੈਰਵਾ 8 ਮਾਤਰਾ। ਅਤੇ ਇਸਨੂੰ ਅਸੀਂ ਪਹਿਲੇ ਮੇਲ ਸਕੇਲ 'ਤੇ ਦੇਖਾਂਗੇ ਇਸਦਾ ਟਿਊਟੋਰੀਅਲ, ਫਿਰ ਸੇਮ ਟਿਊਟੋਰੀਅਲ ਥੋੜ੍ਹਾ ਟਾਈਮ ਬਾਅਦ ਉਸਦਾ ਸਮੇਂ ਉੱਪਰ ਲਿਖਿਆ ਹੋਏਗਾ, ਫਿਰ ਫੀਮੇਲ ਸਕੇਲ 'ਤੇ ਯਾਨੀ ਬੀਬੀਆਂ ਦੇ ਸਕੇਲ 'ਤੇ ਇਹ ਟਿਊਟੋਰੀਅਲ ਵੀ ਆਪ ਦੇਖੋਗੇ ਥੋੜ੍ਹਾ ਟਾਈਮ ਬਾਅਦ, ਉਸਦਾ ਸਮੇਂ ਨੋਟ ਕਰ ਲਓ ਆਪ। ਅਤੇ ਦੇਵਾਗਿਆ ਸਾਧ ਸਿੰਘ ਜੀ, ਸੋ ਅਸੀਂ ਪਹਿਲੇ ਛੋਟੇ ਛੋਟੇ ਭਾਗ ਵਿੱਚ ਗਾਇਨ ਕਰਾਂਗੇ ਅਤੇ ਫਿਰ ਉਸਦੀਆਂ ਸੁਰਾਂ ਨੂੰ ਦੇਖਾਂਗੇ। ਮਨ ਚਾਰਾ ਉਸਦੀਆਂ ਸੁਰਾਂ ਨੂੰ ਦੇਖਦੇ ਹੋਣ, ਪਹਿਲੇ ਮਨ ਗਮ ਤੇ ਆ ਨੂੰ ਪਹਿਲੇ ਦਿਨ ਆ ਗਮ ਆ ਗਮ ਸੁਣਿਆ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹ ਮੰਦਰ ਬਣਿਆ ਹਰ ਮੰਗਲ ਮੰਗਲ ਗਾਓ ਗਾਓ, ਠੀਕ ਹੈ, ਸਖੀ ਸਖੀ, ਠੀਕ ਹੈ, ਗ੍ਰਹ ਗ੍ਰਹ ਮੰਦਰ ਮੰਦਰ ਬਣਿਆ ਬਣਿਆ ਮਨ ਚਾਰਾ ਪਿਆ ਹੁਣ ਅਸੀਂ ਦੇਖਾਂਗੇ ਅੰਤਰ ਸੇਮ ਸੁਰਾਂ 'ਤੇ, ਅਤੇ ਇਸਨੂੰ ਅਸੀਂ ਸਿਰਫ ਗਾਇਨ ਕਰਕੇ ਦੇਖ ਲੈਂਦੇ ਹਾਂ, ਬਾਕੀ ਸੁਰਾਂ ਆਪ ਦੇਖ ਹੀ ਚੁੱਕੇ ਹੋ। ਹੋਰ ਕਰ ਸਕਦੇ ਮਨ ਚਾਰਾ ਤਿੰਨ ਕੁਠਾ ਇਹਨੂੰ ਸੋਲੇ ਅੰਦਵਾਦ ਪ੍ਰਭ ਆਗਮ
ਸੁਣਿਆ। ਇਸ ਤਰ੍ਹਾਂ ਵਿੱਚ ਵਿੱਚ ਇਹਨੂੰ ਵੀ ਦੋ ਦੋ ਤਿੰਨ ਦਿਨ ਸੁਰਾਂ ਜਦੋਂ ਥੋੜ੍ਹਾ ਜਿਹਾ ਵਿਸ਼ਰਾਮ ਜਿਹਾ ਮਿਲਦਾ ਹੈ ਤਾਂ ਅੱਛਾ ਲੱਗੇਗਾ। ਇੱਦਾਂ ਅਤੇ ਇੱਥੇ ਮੇਲ ਸਕੇਲ 'ਤੇ ਜੋ ਟਿਊਟੋਰੀਅਲ ਸੀ ਸਮਾਪਤੀ ਹੁੰਦੀ ਹੈ ਜੀ, ਅਤੇ ਹੁਣ ਅਸੀਂ ਦੇਖਾਂਗੇ ਫੀਮੇਲ ਸਕੇਲ 'ਤੇ। ਆਓ ਕਰੋ ਕਿਰਪਾ ਸਾਹਿਬ ਜੀ। ਇਸ ਤਰ੍ਹਾਂ ਸ਼ੁਰੂ ਕਰਨ ਤੋਂ ਪਹਿਲੇ ਅਸੀਂ ਤਿੰਨ ਸੁਰਾਂ ਨੂੰ ਪ੍ਰੈਸ ਕਰ ਲਾਂਗੇ। मन चाओ पया प्रभु आगम सुनिया। ठीक है। मन चाओ ਸਿਰਫ ਗਾਇਨ ਕਰਕੇ ਦੇਖ ਲੈਂਦੇ ਹਾਂ। ਸੁਰ ਆਪ ਦੇਖ ਹੀ ਚੁੱਕੇ। ਗੁਰ ਚਰਨ ਲਾਗੇ ਦਿਨ ਸਪਾਗੇ ਆਪਣਾ ਫਿਰ ਜਾਪੇ। ਫਿਰ ਉਸ ਤੋਂ ਬਾਅਦ ਮਨ ਚਾਓ ਪਿਆ। ਇਸ ਤਰ੍ਹਾਂ ਜਦੋਂ ਇੱਥੇ ਆਵਾਂਗੇ ਤੇ ਇਹਨਾਂ ਤੇਰਾ ਸੁਰਾਂ ਨੂੰ ਪ੍ਰੈਸ ਕਰ ਲਓ। ਮਨ ਚਾਓ ਪਿਆ ਪ੍ਰਭ ਆਗਮ ਸੁਣਿਆ। ਇੱਥੇ ਵੀ ਇਕੱਠੇ ਦਾ ਪ੍ਰਭ ਆਗਮ ਸੁਣਿਆ। ਠੀਕ ਹੈ। ਇਸ ਤਰ੍ਹਾਂ ਵਿੱਚ ਵਿੱਚ ਥੋੜ੍ਹਾ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਵੀ ਪੀਸ ਰਹੇਗਾ ਅਤੇ ਹੋਰ ਜਿਹੜਾ ਇਫੈਕਟਿਵ ਜਿਹਾ ਲੱਗਦਾ ਸੁਣਨ ਨੂੰ ਅਤੇ ਸੰਗਤ ਨੂੰ ਵੀ ਥੋੜ੍ਹਾ ਜਿਹਾ ਸੁਣਨ ਵਿੱਚ ਆਨੰਦ ਆਉਂਦਾ। ਅਤੇ ਸਤਿ ਸਿੰਘ ਜੀ, ਇੱਥੇ ਟਿਊਟੋਰੀਅਲ ਦੀ ਸਮਾਪਤੀ ਹੁੰਦੀ ਹੈ
ਸੋ ਸਤਸੰਗ ਦੇ ਵਿੱਚ ਕੁਛ ਵੀਡੀਓਜ਼ ਕਾਫੀ ਸਲੋ ਹੋ ਗਈਆਂ ਅਪਲੋਡ ਕਰਨ ਲਈ, ਕਿਉਂਕਿ ਦਾਸ ਹੁਣ ਇੱਕ ਜੋਬ ਲੱਗੀ ਹੈ ਤੋ ਉਸ ਵਿੱਚ ਕਾਫੀ ਟਾਈਮ ਚਲਾ ਜਾਂਦਾ ਹੈ, ਸਵੇਰੇ ਜਲਦੀ ਜਾਣਾ ਪੈਂਦਾ ਹੈ 5:30 ਦੇ ਕਰੀਬ ਘਰੋਂ ਨਿਕਲ ਕੇ, ਅਤੇ ਫਿਰ ਸ਼ਾਮ ਨੂੰ ਕਾਫੀ ਲੇਟ ਹੋ ਜਾਂਦਾ ਹੈ, ਇਸ ਕਰਕੇ ਸਮਾਂ ਥੋੜ੍ਹਾ ਘੱਟ ਮਿਲ ਰਿਹਾ ਹੈ। ਪਰ ਦਾਸ ਕੋਸ਼ਿਸ਼ ਕਰੇਗਾ ਕਿ ਇੱਕ ਹਫ਼ਤੇ 'ਚ ਇੱਕ ਜਾਂ ਜੇ ਹੋਰ ਵੀ ਹੋ ਸਕੇ ਤਾਂ 2 ਵੀਡੀਓ ਹਰ ਹਫ਼ਤੇ। ਬਾਕੀ ਆਪ ਸਭ ਦਾ ਅਸੀਸਾਂ ਰਹਿਣ, ਪਰਮੇਸ਼ਰ ਕਿਰਪਾ ਕਰੇ ਤਾਂ ਬਹੁਤ ਕੁਛ ਹੋ ਸਕਦਾ ਹੈ, ਅਤੇ ਆਪ ਸਭ ਦਾਸ ਦੇ ਸਿਰ 'ਤੇ ਹੱਥ ਰੱਖਣਾ ਅਤੇ ਅਸੀਂ ਇਸ ਬਖਸ਼ਦੇ ਰਹਿਣਾ ਕਿ ਇਹ ਕਾਰਜ ਚੱਲਦਾ ਰਹੇ, ਅਤੇ ਜਦ ਤੱਕ ਸਵਾਸ ਹਨ ਪਰਮਾਤਮਾ ਆਪ ਸਭ ਦੇ ਚਰਨਾਂ ਨਾਲ ਅਤੇ ਪਰਮਾਤਮਾ ਆਪਣੇ ਚਰਨਾਂ ਨਾਲ ਜੋੜੀ ਰੱਖੇ, ਅਤੇ ਇੱਥੇ ਆ ਗਿਆ ਬਖਸ਼ੋ ਸਾਧ ਸੰਗਤ ਜੀ, ਦਿਓ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿੰਘ ਮੇਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।